ਵਾਰੀ ਆ ਤੁਹਾਨੂੰ ਮੌਨਸਟਰ ਦਿਖਾਉਣ ਦੀ ਬਾਈ ਸਿਰੇ ਹੀ ਲੱਗ ਰਿਹਾ ਓਏ ਸੰਤਰੀ ਰੰਗ ਦਾ ਟਰੈਕਟਰ ਸਾਰਾ ਹੋ ਗਏ ਮੈਂ ਉਸ ਦਿਨ 13 ਪ੍ਰੋ ਵਾ ਮਤਲਬ 13 ਪ੍ਰੋ ਗਿਵ ਅਵੇ ਕਰਨਾ ਉਸ ਦਿਨ ਜਿੱਦਣ ਮੇਰੇ 50K ਫੋਲੋਅਰ ਹੋ ਗਏ ਮੇਰੇ ਦਿੱਲੀ ਡੋਟ ਦੇ ਮੈਂ ਉਸੀ ਦਿਨ ਬਿਨਾਂ ਕਹੇ ਹੀ ਆਪਾਂ 13 ਪ੍ਰੋ ਗਿਵ ਅਵੇ ਕਰ ਦੇ ਲਈ ਮੋਬਾਈਲ ਫੋਨ ਲੈ ਕੇ ਆਏ ਗਏ ਗਿਵ ਅਵੇ ਦੇ ਵਿੱਚ ਗਿਵ ਅਵੇ ਆਪਣਾ ਚੱਲ ਰਿਹਾ ਹੈਗਾ ਇੱਕ ਹਫ਼ਤਾ ਵੀਡੀਓਜ਼ ਪੈਣੀਆਂ ਨੇ ਗੀਆਂ ਗਏ ਤੇ ਹਰ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਇੱਕ ਤਾਂ ਵੀਡੀਓ ਕਾਫੀ ਦਿਨਾਂ ਦੀ ਗੈਪ ਪਈ ਜਾ ਰਿਹਾ ਸੀਗਾ ਤੇ ਉਹਦੇ ਲਈ ਪਹਿਲਾਂ ਤਾਂ ਮਾਫੀ ਮੰਗਦੇ ਆ ਤੇ ਦੂਸਰਾ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਤੁਹਾਡੇ ਲਈ ਅੱਜ ਤੋਹਫਾ ਲੈ ਕੇ ਆਇਆ ਤੋਹਫਾ ਵੀ ਮੋਬਾਈਲ ਫੋਨ ਗਿਵ ਅਵੇ ਕਰ ਰਹੇ ਹਾਂਗੇ ਇਸ ਵਾਰ ਦਿੱਲੀ ਡੋਟ ਮੋਬਾਈਲ ਕੇਅਰ ਹਰ ਵਾਰ ਦੀ ਤਰ੍ਹਾਂ ਤੁਹਾਡੇ ਪਿਛਲੀ ਵਾਰ ਅਸੀਂ ਮਿਊਜ਼ਿਕ ਸਿਸਟਮ ਕੀਤਾ ਸੀਗਾ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਵਧੀਆ ਵਧੀਆ ਚੀਜ਼ਾਂ ਤੁਹਾਡੇ ਲਈ ਤੋਹਫੇ ਲੈ ਕੇ ਆਈਏ ਤੇ ਅੱਜ ਵੀਡੀਓ ਦਿੱਲੀ ਡੋਟ ਮੋਬਾਈਲ ਕੇਅਰ ਤੋਂ ਹੀ ਮੈਂ ਬਣਾ ਰਿਹਾ ਹੈਗਾ ਸ਼ੁਰੂਆਤ ਕਰਦੇ ਹਾਂ ਉਰੋ ਤੁਹਾਡੇ ਲਈ ਜਿਹੜਾ ਤੋਹਫਾ ਉਹ ਵੀ ਦਿਖਾਉਣੇ ਹੈਗੇ ਤੇ ਆਉਣ ਵਾਲੀਆਂ ਚੀਜ਼ਾਂ ਕੀ ਹੋਣਗੀਆਂ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ ਨਾਲ ਬਣੇ ਰਹੋ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਬਾਈ ਸਾਡੇ ਸ਼ਹਿਰ ਦੀ ਸਭ ਤੋਂ ਮਸ਼ਹੂਰ ਸਾਡੇ ਸੰਗਰੂਰ ਦੀ ਸਭ ਤੋਂ ਮਸ਼ਹੂਰ ਸ਼ੋਪ ਹੈ ਦਿੱਲੀ ਡੋਟ ਮੋਬਾਈਲ ਕੇਅਰ ਤੇ ਜਦੋਂ ਵੀ ਕਿਸੇ ਨੇ ਆਈਫੋਨ ਖਰੀਦਣਾ ਹੁੰਦਾ ਤਾਂ ਇਹਨਾਂ ਦੀ ਯਾਦ ਆਉਂਦੀ ਹੈ ਕੋਲਾ ਪਾਰਕ ਸੰਗਰੂਰ ਸਾਡੇ ਕੋਲਾ ਪਾਰਕ ਹੈਗਾ ਮਾਰਕੀਟ ਹੈ ਕੋਲਾ ਪਾਰਕ ਸੰਗਰੂਰ ਉਰੇ ਮਾਰਕੀਟ ਦੇ ਵਿੱਚ ਉਰੇ ਇਹਨਾਂ ਦੀ ਸ਼ੋਪ ਹੈ ਦਿੱਲੀ ਡੋਟ ਤੇ ਆਪਾਂ ਦਿਖਾਉਣੇ ਆ ਪਹਿਲਾਂ ਤੁਹਾਨੂੰ ਮੈਂ ਮੋਬਾਈਲ ਦਿਖਾ ਦਾਂ ਕਿਹੜਾ ਹੈਗਾ ਭਰਾਵਾਂ ਦਾ ਧੰਨਵਾਦ ਜਿਹੜਾ ਗਿਵ ਅਵੇ ਦੇ ਵਿੱਚ ਇਹਨਾਂ ਨੇ ਆਪਣੇ ਨਾਲ ਹਿੱਸਾ ਪਾ ਰਹੇ ਨੇਗੇ ਤੇ ਆਪਾਂ ਤੁਹਾਡੇ ਨਾਲੋਂ ਵੀ ਤੁਹਾਡਾ ਪਿਆਰ ਹਾਸਲ ਕਰਨ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਾਮਯਾਬ ਹੋ ਰਹੇ ਹਾਂ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਹਰ ਵਾਰ ਵੀ ਅਸੀਂ ਕਿਸੇ ਦੀ ਐਡ ਵੀ ਕਰੀਏ ਠੀਕ ਹੈ ਕਿਸੇ ਦੀ ਐਡ ਤਾਂ ਹੋ ਹੀ ਰਹੀ ਹੈ ਪਰ ਉਹ ਤੁਹਾਡੇ ਲਈ ਕੁਝ ਲੈ ਕੇ ਆਈਏ ਤੁਸੀਂ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਬਣ ਰਹੇ ਹੈਗੇ ਤੁਹਾਡੇ ਨਾਲ ਤੁਸੀਂ ਸਾਨੂੰ ਬਣਾਉਣ ਵਾਲੇ ਹੋ ਬਾਈ ਜੋ ਵੀ ਸਾਡੇ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਹੀ ਹੈ ਆਪਣਾ ਯੂਟਿਊਬ ਚੈਨਲ ਕਿੰਨਾ ਜਿਹੜੇ ਹਿਸਾਬ ਨਾਲ ਵਧੇਗਾ ਤਾਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਵਧੇਗਾ ਅਤੇ ਇਸ ਲਈ ਲਾਸਟ ਟਾਈਮ ਆਪਾਂ ਨੇ ਮਿਊਜ਼ਿਕ ਸਿਸਟਮ ਗਿਵ ਅਵੇ ਕੀਤਾ ਸੀਗਾ ਉਹ ਵੀ ਜਿਸ ਤਰੀਕੇ ਨਾਲ ਉਹ ਨਿਕਲਿਆ ਸੀ ਉਸੇ ਤਰੀਕੇ ਨਾਲ ਤੁਸੀਂ ਇਹ ਮੋਬਾਈਲ ਜਿੱਤ ਸਕਦੇ ਹੋਗੇ ਅਤੇ ਕਰਨਾ ਕੀ ਹੈਗਾ ਦਿੱਲੀ ਡੋਟ ਮੋਬਾਈਲ ਕੇਅਰ ਜਿਹੜਾ ਇਹਨਾਂ ਦਾ ਇੰਸਟਾ ਪੇਜ ਹੈਗਾ ਇਹ ਫੋਲੋ ਹੋਣਾ ਚਾਹੀਦਾ ਹੈਗਾ ਠੀਕ ਹੈ ਇੰਸਟਾਗ੍ਰਾਮ 'ਤੇ ਦਿੱਲੀ ਡੋਟ ਮੋਬਾਈਲ ਕੇਅਰ ਇਹਨਾਂ ਦਾ ਇਹ ਇੰਸਟਾਗ੍ਰਾਮ ਹੈਗਾ ਅਤੇ ਇਹ ਫੋਲੋ ਕੀਤਾ ਹੋਣਾ ਚਾਹੀਦਾ ਸਭ ਤੋਂ ਜ਼ਰੂਰੀ ਤਾਂ ਇਹ ਹੈ ਅਤੇ ਉਸ ਤੋਂ ਬਾਅਦ ਜਿਹੜੇ ਹੋਰ ਰੂਲ ਨੇ ਆਪਣਾ ਪੰਜਾਬੀ ਵਲੋਗ ਵਿਦ ਜੈ ਸਿੰਘ ਯੂਟਿਊਬ ਚੈਨਲ ਹੈ ਜਿਹੜਾ ਉਹ ਫੋਲੋ ਕੀਤਾ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਅਤੇ ਜਿਹੜੇ 'ਤੇ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਫੋਲੋ ਕੀਤਾ ਹੋਣਾ ਚਾਹੀਦਾ ਹੈਗਾ ਅਤੇ ਇਹ ਤਿੰਨੇ ਚੀਜ਼ਾਂ ਬਸ ਤੁਹਾਡੀਆਂ ਫੋਲੋ ਹੋਣੀਆਂ ਚਾਹੀਦੀਆਂ ਨੇਗੀਆਂ ਅਤੇ ਕਮੈਂਟਾਂ ਦੇ ਵਿੱਚੋਂ ਹੀ ਆਪਾਂ ਨੇ ਵਿਨਰ ਚੁੱਕਣਾ ਹੈਗਾ 7 ਵੀਡੀਓ ਆਉਣਗੀਆਂ ਅੱਜ ਤੋਂ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਪਹਿਲੀ ਵੀਡੀਓ ਆ 7 ਵੀਡੀਓ ਆਉਣਗੇ 7 ਵੀਡੀਓ ਦੇ ਵਿੱਚ ਜਿਹੜੀ ਵੀਡੀਓ ਦੇ ਉੱਤੇ ਵੱਧ ਲਾਈਕ ਹੋਣਗੇ ਉਹਦੇ ਵਿੱਚ ਜਿਹੜੇ ਕਮੈਂਟ ਕੀਤੇ ਨੇ ਕਮੈਂਟ ਕਰਨਾ ਜ਼ਰੂਰੀ ਹੈ ਤੁਹਾਡਾ ਵੀਡੀਓ 'ਤੇ ਕਮੈਂਟ ਕੀਤੇ ਹੋਏ ਨੇ ਉਹ ਕਮੈਂਟਾਂ ਦੇ ਵਿੱਚੋਂ ਹੀ ਆਪਾਂ ਨੇ ਇੱਕ ਵਿਨਰ ਕੱਢਣਾ ਹੈਗਾ ਅਤੇ ਉਹ ਵਿਨਰ ਆਪਣਾ ਆਹ ਮੋਬਾਈਲ ਲੈ ਕੇ ਜਾ ਸਕਦਾ ਤੁਹਾਨੂੰ ਲੋੜ ਨਹੀਂ ਹੈਗੀ ਵੀਰੇ ਠੀਕ ਹੈ ਮੈਂ ਇੱਕ ਵਾਰ ਦੁਬਾਰੇ ਵੀ ਇਹ ਚੀਜ਼ ਆਈ ਇਸੇ ਵੀਡੀਓ 'ਚ ਸਮਝਾਊਂਗਾ ਤੁਹਾਨੂੰ ਲੋੜ ਨਹੀਂ ਹੈਗੀ ਮੋਬਾਈਲ ਫੋਨ ਦੀ ਤੁਹਾਡੇ ਕਿਸੇ ਦੋਸਤ ਨੂੰ ਗਿਫਟ ਕਰ ਦਿਓ ਠੀਕ ਹੈ ਤੁਹਾਨੂੰ ਲੋੜ ਨਹੀਂ ਹੈਗੀ ਮੋਬਾਈਲ ਦੀ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਦੇ ਦਿਓ ਕਿਸੇ ਭੈਣ ਭਰਾ ਨੂੰ ਦੇ ਦਿਓ ਕਿਸੇ ਆਂਢੀ ਗੁਆਂਢੀ ਨੂੰ ਦੇ ਦਿਓ ਕਿਸੇ ਪਿੰਡ ਵਾਲੇ ਨੂੰ ਦੇ ਦਿਓ ਇਹਦੇ ਇਹ ਸਿਰਫ ਇੱਕ ਗੇਮ ਹੈ ਗੇਮ ਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਪਿਆਰ ਸਾਨੂੰ ਮਿਲ ਹੀ ਰਹੇਗਾ ਉਹਦੇ ਲਈ ਤੁਹਾਡਾ ਧੰਨਵਾਦ ਅਤੇ ਇੱਕ ਵਾਰ ਦੁਬਾਰੇ ਮੈਂ ਇਹ ਚੀਜ਼ ਪੂਰੀ ਤੁਹਾਨੂੰ ਦਿਉਂ ਦੁਬਾਰੇ ਸਮਝਾਉਂਗਾ ਮੋਬਾਈਲ ਫੋਨ ਲੈ ਕੇ ਆਏਗੇ ਗਿਵ ਅਵੇ ਦੇ ਵਿੱਚ ਗਿਵ ਅਵੇ ਆਪਣਾ ਚੱਲ ਰਿਹਾ ਹੈਗਾ ਇੱਕ ਹਫ਼ਤਾ ਵੀਡੀਓਜ਼ ਪੈਣੀਆਂ ਨੇ ਗੀਆਂਗੇ ਅਤੇ ਹਰ ਵੀਡੀਓ ਦੇ ਵਿੱਚ ਇਹ ਤੁਸੀਂ ਗੇਮ ਖੇਡ ਸਕਦੇ ਹੋ ਗੇਮ ਕੀ ਹੈ ਤੁਹਾਨੂੰ ਮੈਂ ਸਭ ਸਮਝਾ ਦਿੰਦਾ ਹੈਗਾ ਆਹ ਮੋਬਾਈਲ ਫੋਨ ਤੁਹਾਡਾ ਹੋ ਸਕਦਾ ਹੈਗਾ ਸਭ ਤੋਂ ਪਹਿਲਾਂ ਤਾਂ ਪੰਜਾਬੀ ਵਲੋਗ ਵਿਦ ਜੈ ਸਿੰਘ ਸਾਡਾ ਜਿਹੜਾ ਯੂਟਿਊਬ ਚੈਨਲ ਹੈਗਾ ਠੀਕ ਹੈ ਆਹ ਨਾਮ ਵੀ ਆ ਰਿਹਾ ਸਕਰੀਨ ਦੇ ਉੱਤੇ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੋਇਆ ਲਿੰਕ ਉਹਨੂੰ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਦੂਸਰਾ ਜਿਹੜੇ ਭਰਾ ਸਾਡੇ ਆ ਦਿੱਲੀ ਡੋਟ ਮੋਬਾਈਲ ਕੇਅਰ ਜਿਨ੍ਹਾਂ ਨੇ ਆ ਗਿਵ ਅਵੇ ਰੱਖਿਆ ਜਿਨ੍ਹਾਂ ਨੇ ਆ ਮੋਬਾਈਲ ਫੋਨ ਇਸ ਹਫ਼ਤੇ ਤੁਹਾਡੇ ਲਈ ਗਿਵ ਅਵੇ ਦੇ ਵਿੱਚ ਦਿੱਤਾ ਹੈਗਾ ਉਹਨਾਂ ਦਾ ਇੰਸਟਾਗ੍ਰਾਮ ਫੋਲੋ ਕੀਤਾ ਹੋਣਾ ਚਾਹੀਦਾ ਹੈਗਾ ਦਿੱਲੀ ਡੋਟ ਮੋਬਾਈਲ ਕੇਅਰ ਸਕਰੀਨ 'ਤੇ ਨਾਮ ਵੀ ਆ ਰਿਹਾ ਡਿਸਕ੍ਰਿਪਸ਼ਨ 'ਚ ਦੇ ਵਿੱਚ ਉਹਦਾ ਲਿੰਕ ਵੀ ਦਿੱਤਾ ਹੋਇਆ ਦੋ ਚੀਜ਼ਾਂ ਹੋ ਗਈਆਂ ਉਹ ਫੋਲੋ ਹੋਣਾ ਚਾਹੀਦਾ ਇੰਸਟਾ ਫੋਲੋ ਹੋ ਗਿਆ ਯੂਟਿਊਬ ਥਰਡ ਜਿਹੜੇ ਬਾਈ ਤੁਸੀਂ ਚੈਨਲ 'ਤੇ ਵੀਡੀਓ ਦੇਖ ਰਹੇ ਹੋਗੇ ਇਹ ਤਾਂ ਤੁਹਾਡਾ ਸਬਸਕ੍ਰਾਈਬ ਕੀਤਾ ਹੋਇਆ ਹੋਣਾ ਚਾਹੀਦਾ ਹੀ ਹੈ ਜ਼ਰੂਰੀ ਹੈ ਅਤੇ ਕੀਤਾ ਹੋਇਆ ਹੀ ਹੈ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਅਤੇ ਬਾਕੀ ਬਾਈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਕਿ ਫੋਲੋ ਕਰ ਲਿਓ ਫੋਲੋ ਕਰਨ ਤੋਂ ਬਾਅਦ ਜਿਹੜੀਆਂ 7 ਵੀਡੀਓ ਪੈਣਗੀਆਂ 7 ਦੇ ਉੱਤੇ ਵਿੱਚ ਕਮੈਂਟ ਵੀ ਕਰਨਾ ਵੀਡੀਓ ਨੂੰ ਲਾਈਕ ਵੀ ਕਰਨਾ ਹੈਗਾ ਅਤੇ
सिंपल है, जेडे कमेंट किए हो जी वीडियो के सत्त वीडियो के बद लाइक हो गए जी वीडियो से, लाइक का मतलब भी बद बंद ने पार्टीसपेट किया होगा। कमेंट तो एक बंदा पंजा भी कर सकता, सौ भी कर सकता है, पर लाइक तो बंदा एक ही कर पाँगा। तो ऐसी वो वाली वीडियो चक्का जिदे उत्ते बद लाइक हो गए, तो वह लाइक वाली वीडियो के जेडे कमेंट किए हो कमेंटा के सॉफ्टवेयर राही नाम क्ढा। तो जिस तरीके नाल पहला तुसी कैश प्राइज जित चुके हो काफी साढ़े तो, मोबाइल फोन इस तरीके नाल ही निकलनेगा जिस तरीके नाल म्यूजिक सिस्टम लास्ट टाइम निकलिया सीगा। ते आने वाली वीडियोज दे विच भी कुछ ना कुछ मैनू कॉल हुण भी आई जा रहे ने भी भरा अगला गिव अवे साढ़े वालों, अगला साढ़े वालों, ते उन्हां दा समान उन्हां दे गिफ्ट तोहफे भी तुहाडे ने एवें ही तुहानू गिव अवे करांगे। ते इस तरीके नाल ही कमेंट दे विचों इक बंदा आ प्रावसा जित सकदा है। सिंपल है, तीन फॉलो करने नेगे, इंस्टा फॉलो करने का दिल्ली डॉट मोबाइल क्वेयर, दो यूट्यूब चैनल लेंगे साढ़े जेडे जिसे वीडियो देख रहे होंगे। तो आ मोबाइल फोन फोन की पहली वीडियो बुधवार को पै रही हैगी, अगले बुधवार को, ठीक है, अगले बुधवार को इहदी सत्तवीं वीडियो पैनी हैगी, वीरवार को इहदा रिजल्ट आ जाना भी किहड़ा भरा जितदा है। एक हफ्ते के रिजल्ट कढ दांगे आपां। इक सब तो जरूरी गल, तुहानू इस फोन की लोड़ नहीं हैगी, तुहानू इह फोन की जरूरत नहीं। मान लो भी सारिआं कोल अपने कोल रब दा दित्ता भाई सारा कुछ ही हुंदा है ना, पर तुसीं इस चीज़ नूं किसी नूं गिफ्ट कर सकदे हो। तुसीं सोच रहे हो भी किसी नूं मैं गिफ्ट करा, फोन गिफ्ट करा, किसी यार दोस्त नूं बर्थडे गिफ्ट कर सकदे हो जे तुसीं जित जांदे हो। करना तां सिर्फ कमेंट ते फॉलो ही है, जितना जित गए बई फोन तुहाडा हो जाऊगा, तो तुसीं किसी नूं गिफ्ट कर सकदे हो। तो आने वाले टाइम के जिमें लखू का म्यूजिक सिस्टम किया लास्ट टाइम, वो हुण वड्डा म्यूजिक सिस्टम करन दी गिव करन दी सोच रहे, उस तरीके नाल असीं कि शुरुआत हैगी दिल्ली डॉट वालों। तो आने वाले टाइम के आईफोन तक जावे, तो आईफोन भी गिव अवे करा। तो मैं तो शुरू तो कह ही रहा जो अपना चैनल खुलिया होया भी एक दिन फोर्ड 3600 गिव अवे करना बई अपने। तो हुण अपने भरा तरुण नाल गल कर देंगे जिन्हां दी इह शॉप है दिल्ली डॉट मोबाइल केयर। तो की हाल वीरे? वधिया जी, ठीक ठाक। हाँ जी, ਕਿਵੇਂ ਲੱਗ ਰਿਹਾ ਹੈਗਾ? ਬਹੁਤ ਵਧੀਆ ਲੱਗ ਰਿਹਾ ਜੀ। ਕਿ ਕਾਫੀ ਟਾਈਮ ਤੋਂ ਤਰਨ ਦਾ ਮੇਰਾ ਵੀ ਸਾਡੀ ਗੱਲਬਾਤ ਹੋਈ ਹੈ, ਆਪਾਂ ਕੁਝ ਕਰੀਏ ਯਾਰ, ਕੁਝ ਕਰੀਏ। ਅਸੀਂ ਸੇਵਾ ਤਾਂ ਕਰਦੇ ਰਹਿੰਦੇ ਕਿ ਸੇਵਾ ਵਾਲੇ ਪਾਸੇ ਸੋਚਦੇ ਸੀਗੇ, ਪਰ ਮੈਂ ਕਿਹਾ ਯਾਰ ਆਪਾਂ ਇਹ ਚੀਜ਼ ਵੀ ਕਰ ਦਿਆਂਗੇ, ਤੁਹਾਡੇ ਲਈ ਗਿਫਟ ਤਿਆਰ ਕੀਤਾ, ਆਪ ਲਿਖਿਆ ਇਹਨੇ ਤੇ ਆਪ ਹੀ ਇਹਨੇ ਸਜਾਇਆ, ਹੈਂ ਕਹਿੰਦਾ ਫਲਾਵਰ ਲਾਣਾ ਹੈ ਉੱਤੇ। ਤੇ ਇਹ ਆਪਾਂ ਜਿਵੇਂ ਹੁਣ ਕਿਹਾ ਤੁਹਾਨੂੰ, ਆਪਣਾ ਕੰਮ ਕੀ ਹੈ ਮਾੜਾ ਜਿਹਾ ਕੰਮ ਸਮਝਾ ਦੇਣਾ ਸਾਰਾ। ਆਪਣਾ ਮੇਨ ਤਾਂ ਹੀ ਆਈਫੋਨ ਦਾ, ਨਵੇਂ ਪੁਰਾਣੇ ਦਾ ਕੰਮ ਹੈ। ਤੇ ਬਾਕੀ ਆਈਫੋਨ ਦੀ ਪ੍ਰੀਮੀਅਮ ਸਰਵਿਸ ਦਿੰਨੇ ਆਪਾਂ, ਆਈਫੋਨ ਦੇ ਪ੍ਰੀਮੀਅਮ ਕਵਰਸ ਨੇ, ਬ੍ਰਾਂਡਡ ਅਸੈਸਰੀ ਹੈ ਸਾਰੀ ਆਪਣੇ ਕੋਲ ਜੀ। ਇਹੀ ਬਾਕੀ ਆਈਫੋਨ ਦਾ ਹੀ ਸਪੈਸ਼ਲ, ਜ਼ਿਆਦਾਤਰ ਆਈਫੋਨ ਦਾ ਹੀ ਕੰਮ ਕਰਦੇ। ਮੇਰਾ ਆਈਫੋਨ ਦੀ ਕੋਈ ਵੀ ਓਰੀਜਨਲ ਅਸੈਸਰੀ ਚਾਹੀਦੀ ਹੈ ਆਪਣੀ ਸ਼ੋਪ ਤੇ ਅਵੇਲੇਬਲ ਹੈ, ਤੁਹਾਨੂੰ 100% ਓਰੀਜਨਲ ਕੇਅਰ ਓਰੀਜਨਲ ਮਿਲੇਗੀ। ਜੇ ਇੰਸਟਾ ਤੇ ਜਿਵੇਂ ਤੁਹਾਨੂੰ ਕੋਈ ਮੈਸੇਜ ਕਰ ਦੇਗਾ ਤਾਂ ਤੁਸੀਂ ਸਾਰੀ ਕੋਈ ਵੀ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਇੰਸਟਾ ਤੇ ਤੁਹਾਨੂੰ ਮੈਸੇਜ ਕਰ ਸਕਦਾ, ਤੁਹਾਡਾ ਫੋਨ ਨੰਬਰ ਹੈਗਾ? ਮੇਰਾ ਫੋਨ ਨੰਬਰ ਹੈਗਾ, ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਮੇਰੇ ਨੰਬਰ ਤੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਵੀ ਟਾਈਮ, ਤੇ COD ਵੀ ਅਵੇਲੇਬਲ ਹੈ, ਤੁਸੀਂ ਘਰੇ ਵੀ ਮੰਗਵਾ ਸਕਦੇ ਹੋ, ਅਸੀਂ ਡਿਲੀਵਰ ਵੀ ਕਰਦੇ ਹਾਂ ਪੂਰੇ ਆਲ ਓਵਰ ਇੱਧਰ ਪੰਜਾਬ, ਹਰਿਆਣਾ, ਹਿਮਾਚਲ 'ਚ। ਸਹੀ ਹੈ। ਤੇ ਇੰਸਟਾ ਤੋਂ ਤੁਸੀਂ ਤਰੁਣ ਦਾ ਨੰਬਰ ਵੀ ਲੈ ਸਕਦੇ ਹੋ, ਇਹਨਾਂ ਦਾ ਇੰਸਟਾ ਫੋਲੋ ਕਰ ਲਿਓ, ਤੇ ਆਹ ਫੋਨ ਤਾਂ ਤੁਸੀਂ ਫ੍ਰੀ 'ਚ ਜਿੱਤ ਸਕਦੇ ਹੋਗੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਫਿਰ ਹੋਰ ਵੱਡਾ ਕਰਾਂਗੇ। ਇਹ ਤਾਂ ਹਜੇ ਇੱਕ ਸ਼ੁਰੂਆਤ ਕੀਤੀ ਹੈ, ਮੈਂ ਸੋਚ ਰਿਹਾ ਸੀ ਜਿਵੇਂ ਜਿਵੇਂ ਆਪਣੇ ਫੋਲੋਅਰ ਵੱਧਦੇ ਨੇ, ਕਿ ਜਿਸ ਦਿਨ ਆਪਣੇ ਦਿੱਲੀ ਰੋਡ ਦੇ 50K ਫੋਲੋਅਰਸ ਹੋ ਗਏ, ਮੈਂ ਉਸ ਦਿਨ 13 Pro ਗਿਵ ਅਵੇ ਕਰਨਾ ਉਸ ਦਿਨ। ਜਿਸ ਦਿਨ ਮੇਰੇ 50K ਫੋਲੋਅਰ ਹੋ ਗਏ ਮੇਰੇ ਦਿੱਲੀ ਡੋਟ ਦੇ, ਮੈਂ ਉਸੀ ਦਿਨ ਬਿਨਾਂ ਕਹੇ ਹੀ ਆਪਾਂ 13 Pro ਗਿਵ ਅਵੇ ਕਰ ਦੇਣਾ, ਚਾਹੇ ਮਤਲਬ ਕੋਈ ਵੀ ਰੇਟ ਹੋਵੇ ਚਾਹੇ ਇਹਦਾ। ਚੱਕੋ ਜੀ, ਆਹ ਚੀਜ਼ ਹੋ ਗਈ, ਅੱਜ ਰਿਕਾਰਡ ਹੋ ਗਿਆ ਭਰਾ ਦੀ ਗੱਲ, ਵੀ ਜਿਸ ਦਿਨ 50,000 ਫੋਲੋਅਰ ਹੋ ਗਏ ਨਾ ਦਿੱਲੀ ਡੋਟ ਦੇ, ਅਤੇ ਉਸੇ ਦਿਨ ਨਾਲ ਦੀ ਨਾਲ ਆਈਫੋਨ 13 Pro ਇਹਨਾਂ ਦਾ ਗਿਵ ਅਵੇ ਹੋ ਜਾਣੇਗਾ। ਅਤੇ ਚਲੋ ਆਪਾਂ ਨੇ ਸ਼ੁਰੂਆਤ ਕੀਤੀ ਹੈ, ਅਤੇ ਆਪਣਾ ਮੇਨ ਐਡਰੈਸ ਸਮਝਾ ਦਿਓ। ਆਪਣਾ ਮੇਨ ਐਡਰੈਸ ਹੈ ਜੀ ਕੋਲਾ ਪਾਰਕ, HDFC ਬੈਂਕ ਵਾਲੀ ਸਾਈਡ ਤੋਂ ਐਂਟਰ ਕਰਨਾ ਤੁਹਾਨੇ, ਉੱਧਰੋਂ ਲੈਫਟ ਸਾਈਡ 'ਤੇ ਦਿੱਲੀ ਡੋਟ ਮੋਬਾਈਲ ਕੇਅਰ ਦਾ ਬਹੁਤ ਵੱਡਾ ਸਾਰਾ ਬੋਰਡ ਲੱਗਿਆ ਹੈ। ਬਾਕੀ ਜਿਹਨੂੰ ਮਰਜ਼ੀ ਪੁੱਛ ਲਿਓ ਕੋਲਾ ਪਾਰਕ 'ਚ ਆ ਕੇ ਕਿ ਦਿੱਲੀ ਡੋਟ 'ਤੇ ਜਾਣਾ, ਤੁਹਾਨੂੰ ਆਪ ਹੀ ਦੱਸ ਦੂਗਾ ਹਰ ਇੱਕ, ਜਿਹਨੂੰ ਮਰਜ਼ੀ ਪੁੱਛ ਲਿਓ। ਚਲੋ ਜੀ, ਅਤੇ ਆਪਾਂ ਹੁਣ ਗੇਮ ਦੀ ਸ਼ੁਰੂਆਤ ਹੋ ਗਈ ਹੈ ਬਾਈ, ਸਾਰਿਆਂ ਨੂੰ ਬੈਸਟ ਆਫ ਲੱਕ ਕਹਿ ਦਿਓ ਤੁਸੀਂ ਵੀ। ਠੀਕ ਹੈ ਜੀ, ਬੈਸਟ ਆਫ ਲੱਕ ਸਾਰਿਆਂ, ਕੋਈ ਲੱਕੀ ਭਰਾ ਆਪਣੇ ਕੋਲ ਆ ਕੇ ਆਪਾਂ ਨੂੰ, ਆਪਾਂ ਵੀਡੀਓ ਦੇ ਵਿੱਚ ਵੀ ਲਵਾਂਗੇ ਤੇ ਉਰੇ ਮਿਲਾਂਗੇ ਵੀ ਹੁਣ। ਠੀਕ ਹੈ, ਬਿਲਕੁਲ ਵੀਰ ਜੀ, ਆਪਾਂ ਕਰਦੇ ਆਂ ਫਿਰ ਕੀ ਬਾਵੇ ਸਟਾਰਟ ਸਟਾਰਟ ਹੋ ਗਿਆ ਬਾਈ। ਦੇਖਦੇ ਆ ਫਿਰ ਹੁਣ ਕਿਹਨੂੰ ਮਿਲਦਾ, ਆਪਣੇ ਭਾਈ ਨੂੰ, ਛੋਟੇ ਭਾਈ ਨੂੰ, ਵੱਡੇ ਭਾਈ ਨੂੰ, ਭੈਣ ਨੂੰ, ਜਾਂ ਕਿਸੇ ਨੂੰ ਵੀ ਮਿਲ ਸਕਦਾ। ਤੁਹਾਡਾ ਫੋਨ ਮੈਂ ਉਰੇ ਡਿਸਪਲੇ ਕਰਕੇ ਜਾ ਰਹੇਗਾ, ਤੇ ਰੱਖੋ ਜੀ। ਜਿਵੇਂ ਗਿਵ ਅਵੇ ਆਪਾਂ ਨੇ ਪਹਿਲਾਂ ਰਿਜ਼ਲਟ ਕੱਢਿਆ ਸੀ, ਉਸੇ ਤਰੀਕੇ ਨਾਲ ਆਪਾਂ ਰਿਜ਼ਲਟ ਕੱਢਾਂਗੇ, ਤੇ ਤੁਸੀਂ ਉਰੇ ਆ ਕੇ ਇਹ ਫੋਨ ਤੁਸੀਂ ਤੁਹਾਡਾ ਲੈ ਕੇ ਜਾ ਸਕਦੇ ਹੋਗੇ। ਨੈਕਸਟ ਵੀ ਨਾਲ ਹੀ ਲਾ ਦੇ, 13 ਵੀ ਨਾਲ ਹੀ ਲਾ ਦੇ, 50,000 ਐਤਕੀ ਹਫ਼ਤੇ 'ਚ ਹੀ ਕਰ ਦਿਓ, ਮੈਂ ਤਾਂ ਕਹਿੰਦਾ ਆਪਾਂ 13 Pro ਵੀ ਨਾਲ ਹੀ ਕਰ ਦਾਂਗੇ ਬਾਈ ਫਿਰ।
ਤੇ ਚਲੋ ਬਹੁਤ ਵਧੀਆ ਬਾਈ ਮੇਨ ਹੁਣ ਬਾਈ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਤੇ ਸਾਰੇ ਰੂਲ ਸਮਝ ਲਿਓ ਬਸ ਵੀ ਕਿਵੇਂ ਗਿਵ ਅਵੇ ਕਰ ਰਹੇਗੇ ਇਸ ਤੋਂ ਬਾਅਦ ਜੇ ਤੁਹਾਡਾ ਪਿਆਰ ਮਿਲਿਆ ਤਾਂ ਅਸੀਂ ਹੋਰ ਚੀਜ਼ਾਂ ਵੀ ਲੈ ਕੇ ਆਵਾਂਗੇ ਛੋਟੇ ਜਿਵੇਂ ਹੈਡਫੋਨ ਦੇ ਜਾਂ ਕਿਸੇ ਹੋਰ ਚੀਜ਼ ਦੇ ਇੰਸਟਾ 'ਤੇ ਤੁਸੀਂ ਇਹਨਾਂ ਨੂੰ ਫੋਲੋ ਕਰੀ ਚੱਲਿਓ ਛੋਟੇ ਮੋਟੇ ਗਿਵ ਅਵੇ ਨਾਲ ਦੀ ਨਾਲ ਕੱਢਦੇ ਰਹਿੰਦੇ ਨੇ ਡੇਲੀ ਵਾਂਗੂ ਕੱਢਦੇ ਰਹਿਣਗੇ ਥੋੜ੍ਹੇ ਦਿਨਾਂ ਬਾਅਦ ਕੁਛ ਨਾ ਕੁਛ ਗਿਵ ਅਵੇ ਕਰਦੇ ਰਹਾਂਗੇ ਅਤੇ ਬਾਕੀ ਬਾਈ ਘਰ ਨੂੰ ਚੱਲਦੇ ਹਾਂ ਹੁਣ ਵਾਰੀ ਹੈ ਤੁਹਾਨੂੰ ਮੌਨਸਟਰ ਦਿਖਾਉਣ ਦੀ ਬਾਈ ਸਿਰੇ ਹੀ ਲੱਗ ਰਿਹਾ ਓਏ ਸੰਤਰੀ ਰੰਗ ਦਾ ਟਰੈਕਟਰ ਸਾਰਾ ਬਾਈ ਮੈਂ ਸ਼ਾਇਦ ਵੀਡੀਓ ਦੇ ਵਿੱਚ ਉਹ ਚੀਜ਼ ਐਕਸਪਲੇਨ ਨਾ ਕਰ ਪਾਵਾਂ ਹੈ ਨਾ ਜਿਹੜੀ ਚੀਜ਼ ਮੈਂ ਅੱਖਾਂ ਨਾਲ ਦੇਖਣ ਨੂੰ ਫੀਲ ਕਰ ਰਿਹਾ ਹੈਗਾ ਚੱਕਵਾਂ ਹੀ ਕੰਮ ਹੋ ਗਿਆ ਬਾਈ 69 ਖੱਟਾ ਵਰਕਸ਼ਾਪ ਦੀ ਵੀਡੀਓ ਨਹੀਂ ਕਾਫੀ ਦਿਨ ਹੋ ਗਏ ਪਾ ਸਕਿਆ ਮੈਂ ਕਿਉਂਕਿ ਮੀਂਹ ਪੈ ਰਿਹਾ ਸੀ ਸਾਰੇ ਕੰਮ ਪੈਂਡਿੰਗ ਹੋ ਗਏ ਸੀ ਆਪਣੇ ਅਤੇ ਉਹ ਸਾਰਿਆਂ 'ਤੇ ਇੱਕ ਵਾਰ ਨਿਗਾਹ ਮਰਵਾ ਦਿੰਦਾ ਮੈਂ ਹੁਣ ਇੱਕ ਤਾਂ ਇਹਦੀ ਛੱਤਰੀ ਆ ਗਈ ਹੈ 69 ਦੀ ਅਤੇ ਜਿਹੜੀ ਪੇਂਟ ਹੋ ਰਹੀ ਹੈਗੀ ਅਤੇ ਅੱਜ ਅੰਦਰਲਾ ਪਾਸਾ ਪੇਂਟ ਹੋ ਗਿਆ ਸਵੇਰੇ ਕੱਲ੍ਹ ਨੂੰ ਬਾਹਰਲਾ ਪਾਸਾ ਪੇਂਟ ਹੋ ਜਾਣਾ ਅਤੇ ਪੇਂਟ ਦਾ ਇਹਦਾ ਵੀ ਸੇਮ ਕੁਆਲਿਟੀ ਦਾ ਪੇਂਟ ਜਿਹੜੀ ਇਹ ਫਾਈਬਰ ਹੁੱਡ ਹੈਗੀ ਇਹਦੇ ਉੱਤੇ ਸਨ ਆਪਾਂ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਸੇਮ ਕੁਆਲਿਟੀ ਰੱਖਣ ਦੀ ਕੋਸ਼ਿਸ਼ ਕੀਤੀ ਬਾਕੀ ਬਾਈ ਟਰੈਕਟਰ ਦਾ ਸਾਰਾ ਸਮਾਨ ਪੇਂਟ ਹੋ ਚੁੱਕਿਆ ਹੈਗਾ ਇਹਦਾ ਐਸੀ ਠੰਡ 'ਚ ਇਹਦਾ ਇੱਕ ਵਾਰ ਪੇਂਟ ਯੈਲੋ ਕਲਰ ਦਾ ਸਾਰਾ ਖਰਾਬ ਵੀ ਕਰ ਚੁੱਕੇ ਹਾਂ ਅਤੇ ਉਹਨੂੰ ਦੁਬਾਰੇ ਪੇਂਟ ਕਰਨ ਲਈ ਸਾਰਾ ਦੁਬਾਰੇ ਫਿਰ ਬੇਸਿਕ ਤੋਂ ਸਟਾਰਟ ਕਰਕੇ ਦੁਬਾਰੇ ਫਿਰ ਯੈਲੋ ਸਾਨੂੰ ਕਰਨਾ ਪਿਆ ਕਿਉਂਕਿ ਅਸੀਂ ਠੰਡ ਕਰਕੇ ਮੌਸਮ ਮੀਂਹ ਪੈ ਰਹੇ ਸੀਗੇ ਅਤੇ ਕਾਲੀ 'ਚ ਜਦੋਂ ਛੇੜਨ ਲੱਗੇ ਤਾਂ ਖਰਾਬ ਹੋ ਗਿਆ ਬਾਈ ਉਹ ਅਤੇ ਹੁਣ ਉਹ ਯੈਲੋ ਪਾਰਟ ਦੁਬਾਰੇ ਪੇਂਟ ਹੋ ਰਿਹਾ ਹੈਗਾ ਅਤੇ ਇਹ ਔਰੇਂਜ ਇਹ ਪਹਿਲਾਂ ਹੋ ਗਿਆ ਸੀਗਾ ਥੋੜ੍ਹੇ ਦਿਨ ਧੁੱਪ ਨਿਕਲੀ ਅਤੇ ਉਦੋਂ ਇਹ ਹੋ ਗਿਆ ਸੀਗਾ ਅਤੇ ਉਹਦੇ ਅੱਜ ਇਹਨੂੰ ਅਸੈਂਬਲ ਕਰਨਾ ਸ਼ੁਰੂ ਕਰ ਦਿੱਤਾ ਇਹਦੇ ਟਾਇਰ ਆ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਚਾਰੇ ਟਾਇਰ ਆਪਣੇ ਕੋਲ ਉਰੇ ਪਏ ਨੇ ਕਿ BKT ਕੰਪਨੀ ਦੇ ਚਾਰੇ ਟਾਇਰ ਪਾ ਰਹੇ ਹੈਗੇ ਮੂਹਰੇ 10-16 ਜਿਹਨੂੰ ਕਹਿ ਦਿੰਦੇ BKT ਦਾ ਉਹ ਟਾਇਰ ਹੈ ਪਿੱਛੇ 16-28 ਦੇ ਰੇਡੀਅਲ ਟਾਇਰ ਨੇ ਜਿਹੜੇ ਉਹ ਵਾਲੇ ਤਿਆਰ ਪਏ ਨੇ ਬਾਈ ਅਤੇ ਟਰੈਕਟਰ ਦੇ ਮੱਡ ਗਾਰਡ ਫਿੱਟ ਹੋ ਚੁੱਕੇ ਨੇ ਅਲਟੀਨੇਟਰ ਅੱਜ ਲਾਇਆ ਹੈਗਾ ਮਿੰਡਾ ਦਾ ਅਲਟੀਨੇਟਰ ਉਹੀ ਜਿਹੜਾ ਪਹਿਲਾਂ ਫਾਰਮ ਟੈਂਕ ਦੇ ਯੂਜ਼ ਕਰਦੇ ਫੋਟ ਦੇ ਆਪਾਂ ਉਹੀ ਯੂਜ਼ ਕੀਤਾ ਹੈਗਾ ਅਤੇ ਬਾਕੀ ਇਹਦੀ ਟੈਂਕ ਫਿੱਟ ਹੋ ਚੁੱਕਿਆ ਹੈਗਾ ਸਟੀਅਰਿੰਗ ਰੋਡ ਫਿੱਟ ਹੋ ਚੁੱਕੀ ਹੈ ਅਤੇ ਨੀਚੇ ਬੋਕਸ ਬੈਟਰੀ ਬੋਕਸ ਪੈਰਦਾਨ ਉਹ ਸਾਰੀਆਂ ਚੀਜ਼ਾਂ ਫਿੱਟ ਹੋ ਚੁੱਕੀਆਂ ਨੇਗੇ ਪੈਡਲ ਫਿੱਟ ਹੋ ਚੁੱਕੇ ਨੇਗੇ ਅਤੇ ਬਾਕੀ ਬਾਈ ਹੌਲੀ ਹੌਲੀ ਸਟੈਪ ਬਾਏ ਸਟੈਪ ਮੈਨੂੰ ਲੱਗਦਾ ਕੱਲ੍ਹ ਫਿਟਿੰਗ ਵਾਲਾ ਕੰਮ ਤਾਂ ਸਾਰਾ ਨਿਬੇੜ ਦਾਂਗੇ ਅਤੇ ਟਾਇਰ ਟੂਰ ਕੱਲ੍ਹ ਲਾ ਕੇ ਐ ਨਹੀਂ ਪਤਾ ਕੱਲ੍ਹ ਸੈਲਫ ਮਾਰਦੀ ਜੇ ਪਰਸੋਂ ਤਾਂ ਸੈਲਫ ਇਹਦੀ ਵੱਜ ਹੀ ਜਾਣੀ ਹੈਗੀ ਅਤੇ 69 ਬਾਈ ਸੈੱਟ ਹੈਗਾ ਆਪਣਾ ਅਤੇ ਬਾਈ ਦੇਖਣ ਨੂੰ ਜੀ ਕਰਦਾ ਦੇਖੀ ਜਾਈਏ ਨਿਗਾਹ ਟਿਕਦੀ ਹੈ ਬਾਈ ਟਰੈਕਟਰ 'ਤੇ ਰੰਗ ਤਾਂ ਰੰਗ ਕਰਕੇ ਵੀ ਰੰਗ ਵੀ ਬਹੁਤ ਸੋਹਣਾ ਹੋਏਗਾ ਬਾਕੀ ਸਭ ਤੋਂ ਡਿਫਰੈਂਟ ਚੀਜ਼ ਹੋਈ ਹੈ ਯਾਰ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੇ ਖੱਟਾ 69 ਤਿਆਰ ਕੀਤਾ ਜੇ ਕੀਤਾ ਬਾਈ ਕਮੈਂਟ ਜ਼ਰੂਰ ਕਰਿਓ ਮੈਂ ਦੇਖਣਾ ਚਾਹੂੰਗਾ ਵੀ ਕਿਵੇਂ ਦਾ ਤਿਆਰ ਹੋਇਆ ਸ਼ਾਇਦ ਉਹਦੇ 'ਚੋਂ ਕੁਛ ਸਿੱਖ ਸਕੀਏ ਆਪਾਂ ਹੈ ਨਾ ਉਹ ਚੀਜ਼ 'ਚੋਂ ਸਿੱਖ ਸਕੀਏ ਆਪਾਂ ਇਹ 69 ਬਾਈ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਚੀਜ਼ ਹੋਈ ਹੈਗੀ ਅਤੇ ਕਲਰ ਸਾਰਾ ਆਪਣੇ ਵੱਲੋਂ ਤਾਂ ਆਪਣੇ ਪੂਰਾ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜਦੋਂ ਕੰਪਲੀਟ ਰੈਡੀ ਹੋ ਗਿਆ ਨਾ ਉਦੋਂ ਹੁਣ ਜਿਵੇਂ ਡਸਟ ਡੁਸਟ ਪੈ ਗਈ ਇਹਦੇ 'ਤੇ ਹੱਥ ਲੱਗ ਗਏ ਉਦੋਂ ਆਪਾਂ ਨੂੰ ਅਸਲ ਚੀਜ਼ ਨਿਕਲਣੀ ਹੈਗੀ ਕਲਰ ਉਦੋਂ ਨਿਕਲਣਾ ਅਤੇ ਇਹਦੀਆਂ ਹੁੱਕਾਂ ਯਾਰ ਦੋ ਤਰੀਕੇ ਦੀਆਂ ਹੁੱਕਾਂ ਨੇ ਜਿਹੜੀਆਂ ਆਪਣੇ ਕੋਲ ਇੱਕ ਤਾਂ ਹੁੱਕ ਜਿਹੜੀ ਆਹ ਵਾਲੀ ਹੈਵੀ ਵਾਲੀ ਹੁੱਕ ਆਉਂਦੀ ਹੈਗੀ ਇਹ ਜਿਹੜੀ ਮੇਨ ਆਪਣੇ ਅੱਜ ਕੱਲ੍ਹ ਫੁੱਲ ਹੈਵੀ ਕਹਿ ਦਿੰਦੇ ਜਾਂ ਹੈਵੀ ਵਾਲੀ ਹੁੱਕ ਅਤੇ ਇੱਕ ਤਾਂ ਇਹ ਹੁੱਕ ਹੈਗੀ ਅਤੇ ਇੱਕ ਇਹਦੀ ਹੁੱਕ ਹੈਗੀ ਜਿਹੜੀ ਘੁੰਮਣ ਵਾਲੀ ਹੁੰਦੀ ਹੈਗੀ ਆਹ ਘੁੰਮਣ ਵਾਲੀ ਇਹਦੀ ਹੁੱਕ ਹੈਗੀ ਅਤੇ ਆਹ ਵੀ ਆਪਾਂ ਨੇ ਮੈਨੂੰ ਇਹ ਥੋੜ੍ਹੀ ਹਲਕੀ ਲੱਗੀ ਦੇਖਣ ਨੂੰ ਪਤਾ ਨਹੀਂ ਕਿਉਂ ਮੈਨੂੰ ਇਹਦਾ ਵੇਟ ਵੀ ਘੱਟ ਹੈ ਉਹਦੇ ਨਾਲ ਥੋੜ੍ਹੀ ਹਲਕੀ ਲੱਗੀ ਇਸ ਕਰਕੇ ਘੁੰਮਣ ਵਾਲੀ ਹੁੱਕ ਵੀ ਰੱਖ ਲਈ ਆਪਾਂ ਨੇ ਦੂਸਰੀ ਵੀ ਰੱਖ ਲਈ ਦੋਨੇ ਹੁੱਕਾਂ ਹੀ ਤਿਆਰ ਕਰਾ ਲਈਆਂ ਸ਼ਾਇਦ ਇਕੱਠੀਆਂ ਦੋਨੇ ਇਕੱਠੀਆਂ ਫਿੱਟ ਵੀ ਹੋ ਜਾਣ ਅਤੇ ਦੋਨੇ ਇਕੱਠੀਆਂ ਹੀ ਲਾ ਲਾਂਗੇ ਆਪਾਂ ਸੀ ਬਾਈ ਵਿੱਚ ਦੀ ਆਪਣਾ 2 ਦਿਨ ਇਹਨੂੰ ਹਵਾ ਲੱਗ ਗਈ ਕੰਪਲੀਟ ਇਹਦਾ ਜਿਹੜਾ ਪੇਂਟ ਹੈਗਾ ਮੈਸੀ ਦਾ ਕੰਪਲੀਟ ਹੋ ਚੁੱਕਿਆ ਹੈਗਾ ਇੰਜਨ ਪਾਰਟ ਦਾ ਸਾਰਾ ਕੰਪਲੀਟ ਪੇਂਟ ਇਹਨੂੰ ਹਲਕਾ ਹਲਕਾ ਕਵਰ ਲਵੇਟ ਕੇ ਵੀ ਖਰਾਬ ਵੀ ਨਾ ਹੋਵੇ ਹਲਕਾ ਹਲਕਾ ਕਵਰ ਲਵੇਟ ਕੇ ਇਹਨੂੰ ਰੈਪ ਕਰ ਦਿੱਤਾ ਵੀ ਇਹਦੇ ਉੱਤੇ ਹੁਣ ਡਸਟ ਨਾ ਪਵੇ ਜਾਂ ਅਸੀਂ ਕੋਈ ਹੋਰ ਰੰਗ ਮਾਰ ਰਹੇ ਉਹਦੇ ਉੱਤੇ ਇਹਦੇ 'ਤੇ ਅਸਰ ਨਾ ਪਵੇ ਉਸ ਚੀਜ਼ ਦਾ ਉਹ ਚੀਜ਼ ਆਪਾਂ ਨੇ ਕਰਦੇ ਲਗਭਗ ਇਹਦੀ ਜਿਹੜੀ ਸ਼ੋਅ ਹੈਗੀ ਉੱਪਰਲੀ ਉਹ ਵੀ ਰੈਡੀ ਹੈਗੀ ਬਸ ਉਹਦੇ ਉੱਤੇ ਹੀ ਪੇਂਟ ਮਾਰਨਾ ਰਹਿੰਦਾ ਹੁਣ ਜਦੋਂ ਆਹ ਥੋੜ੍ਹਾ ਜਿਹਾ ਖਲਾਰਾ ਜਿਹਾ ਸੈੱਟ ਹੋ ਗਿਆ ਨਾਲ ਦੀ ਨਾਲ ਇਹਦੇ ਉੱਤੇ ਪੇਂਟ ਵੱਜ ਜਾਣਾ ਹੈਗਾ ਅਤੇ ਇਹਦਾ ਆਹ ਵਾਲਾ ਪੋਰਸ਼ਨ ਸਾਰਾ ਇੰਜਨ ਵਾਲਾ ਸਾਰਾ ਕੰਪਲੀਟ ਡਨ ਹੋਇਆ ਪਿਆ ਹੈਗਾ ਅਤੇ ਬਹੁਤ ਸੋਹਣਾ ਪੇਂਟ ਹੋਇਆ ਵੀ ਬਹੁਤ ਸੋਹਣਾ ਪੇਂਟ ਰੈਡੀ ਹੋ ਗਿਆ ਬੰਨਿਆ ਜਾਊਗਾ ਅਤੇ ਜਿਹੜਾ ਮੈਸੀ ਹੈਗਾ ਇਹਦਾ ਵੀ ਲੱਗ ਗਿਆ ਅਤੇ ਇਸ ਤੋਂ ਬਾਅਦ ਹੁਣ ਕੱਲ੍ਹ ਨੂੰ ਇਹਦੇ ਉੱਤੇ ਜਿਹੜੇ ਟਾਈਮ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਅਤੇ ਇਹਦੇ ਉੱਤੇ ਪ੍ਰਾਈਮਰ ਮਾਰਨ ਦੀ ਤਿਆਰੀ ਹੋ ਜਾਣੀ ਹੈਗੀ ਅਤੇ ਇਹਨੂੰ ਪੂਰਾ ਸਾਰਾ ਚੰਗੇ ਟਰੈਕਟਰ ਨੂੰ ਚੰਗੀ ਤਰ੍ਹਾਂ ਰਗੜ ਕੇ ਹੁਣ ਡਸਟ ਪਈ ਪਈ ਹੈਗੀ ਅਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆਗੇ ਇੱਕ ਸਾਰ ਜਿਹੀ ਆਪਾਂ ਪੇਂਟ ਕੁਆਲਿਟੀ ਆਪਾਂ ਭਾਲ ਦੇਵਾਂਗੇ ਉਹ ਚੀਜ਼ ਆਪਾਂ ਕਰਨ ਦੀ ਕੋਸ਼ਿਸ਼ ਕਰ ਲਈ ਹੈ ਪੂਰਾ ਰੈਡੀ ਕਰ ਲਿਆ ਅਤੇ ਬਸ ਇਸ ਤੋਂ ਬਾਅਦ ਇਹਦੀ ਸ਼ੋਅ ਸੈਟਿੰਗ ਕਰ ਰਹੇ ਸੀਗੇ ਅਤੇ ਸ਼ੋਅ ਅੱਜ ਸਾਰਾ ਦਿਨ ਇਹਦੇ ਉੱਤੇ ਹੀ ਸੀਗੇ ਅਤੇ ਸ਼ੋਅ ਸੈੱਟ ਹੋ ਗਈ ਅਤੇ ਇਹਦੇ ਜਿਹੜੇ ਥੋੜ੍ਹੇ
ਬੋਤੇ ਚੀਜ਼ਾਂ ਕਰਨ ਵਾਲੀਆਂ ਸੀਗੀਆਂ, ਡੈਂਡਿੰਗ ਡੁੰਡਿੰਗ ਵਾਲਾ ਕੰਮ, ਰੇਡੀਏਟਰ ਲਾ ਕੇ ਨਾ ਇਹਦੇ ਇੱਕ ਦੋ ਚੀਜ਼ਾਂ ਇਹਦੀਆਂ ਵਿੱਚ ਅੜਨ ਲੱਗ ਗਈਆਂ ਸੀਗੀਆਂ, ਜਿਵੇਂ ਕਿਤਾਬ ਵਾਲੀ ਟੈਂਕੀ ਇਹਦੀ ਪਾਵਰ ਸਟੀਅਰਿੰਗ ਵਾਲੀ, ਇਹ ਸ਼ੋਅ ਦੇ ਵਿੱਚ ਦਿੱਕਤ ਦੇ ਰਹੀ ਸੀ ਅਤੇ ਇਹਦੀ ਥੋੜ੍ਹੀ ਬਹੁਤੀ ਸੈਟਿੰਗ ਕਰਕੇ ਇੱਧਰ ਉੱਧਰ ਕੀਤੀ ਹੈ, ਬਾਕੀ ਰੇਡੀਏਟਰ ਇੱਕ ਵਾਰ ਧਰ ਕੇ ਦੁਬਾਰੇ ਸੈਟਿੰਗ ਕੀਤੀ ਹੈ ਇਹਦੀ। ਕੱਲ੍ਹ ਨੂੰ ਇਹਦੇ ਉੱਤੇ ਕੋਸ਼ਿਸ਼ ਵੀ ਇਹਦੇ ਉੱਤੇ ਵੀ ਆਪਾਂ ਸ਼ੋਅ ਇੱਕ ਵਾਰ ਧਰ ਕੇ ਸੈੱਟ ਕਰਕੇ ਓਕੇ ਡਨ ਹੋ ਗਿਆ, ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਇਹਦੇ ਉੱਤੇ ਵੀ ਸੇਮ ਇਹ ਤਰੀਕੇ ਵਾਂਗੂ ਪ੍ਰਾਈਮਰ ਮਾਰ ਦਈਏ ਅਤੇ ਸਾਰਾ ਰੈਡੀ ਕਰਕੇ ਇਹਨੂੰ ਵੀ ਖੜਾਈਏ। ਅਤੇ ਆਹ ਨਾਟ 11 ਦੀ ਯੂ ਪਈ ਹੈਗੀ, ਇਹ ਨਾਟ 11 ਦੀ ਛੱਤਰੀ ਯੂ ਆ ਗਈ ਹੈਗਾ, ਛੱਤਰੀ ਆਪਾਂ ਨੇ ਤੁਹਾਡੇ ਸਾਹਮਣੇ ਮੈਂ ਦਿਖਾਈ ਦਿੱਤੀ ਹੈ ਵੀ ਇਹ ਡਨ ਹੋ ਗਈ ਹੈਗੀ। ਅਤੇ ਬਾਕੀ ਬਾਈ ਉਹਦੇ ਉੱਤੇ ਪਤਾ ਨਹੀਂ ਕਿਉਂ ਨਗ ਚੱਕਵਾਂ ਲੱਗ ਰਿਹਾ ਨਾ ਰੰਗ, ਇਹਨੂੰ ਫਿੱਟ ਹੋ ਜਾਣਾ ਜਦੋਂ ਟਾਇਰਾਂ ਨੇ, ਬੜੀ ਘੈਂਟ ਯਾਰ ਇਹਨੂੰ ਮੁੜ ਮੁੜ ਦੇਖਣਾ ਲੋਕਾਂ ਨੇ ਇੰਨੀ ਚੀਜ਼ ਜਿਹੜੀ ਹੁਣ ਮੇਰੇ ਹਿਸਾਬ ਨਾਲ ਜਿਹੜੀ ਨਾਲ ਹੁਣ ਅਸੀਂ ਇਮੈਜਿਨ ਕਰ ਰਹੇ ਹਾਂ ਬਾਈ ਆਈ ਕੈਚਰ ਬਣਨਾ ਚੀਜ਼ ਨੇ ਪੂਰੀ ਨੇ। ਅਤੇ ਆਹ ਜਿਹੜਾ ਨਾਟ 11 ਦਾ ਬੋਨਟ ਹੈ ਇਹ ਅਸੀਂ ਯੈਲੋ ਪੇਂਟ ਕਰ ਲਿਆ ਸੀਗਾ, ਅਤੇ ਉਸ ਤੋਂ ਬਾਅਦ ਜਦੋਂ ਇਹ ਖਰਾਬੀ ਆਈ ਇਹਦੇ ਵਿੱਚ ਖਰਾਬ ਹੋਇਆ ਠੰਡ ਕਰਕੇ, ਅਤੇ ਇਸੇ ਡਰ ਕਰਕੇ ਬਾਈ ਅਸੀਂ ਹੋਰ ਜ਼ਿਆਦਾ ਛੇੜਖਾਨੀ ਨਹੀਂ ਕਰ ਰਹੇ, ਪੇਂਟ ਦੇ ਜ਼ਿਆਦਾ ਪੰਗੇ ਨਹੀਂ ਲੈ ਰਹੇ, ਇਹਨੂੰ ਦੁਬਾਰੇ ਤਿਆਰ ਕਰ ਰਹੇ ਹਾਂ। ਦੁਬਾਰੇ ਫਿਰ ਇਹਦੇ ਅੱਜ ਕੱਲ੍ਹ ਵੀ ਕੱਲ੍ਹ ਲਾਉਂਦੇ ਰਹਿ ਗਏ, ਅੱਜ ਰਗੜਦੇ ਰਹਿ ਗਏ, ਠੀਕ ਹੈ ਕੱਲ੍ਹ ਨੂੰ ਇਹਦੇ ਉੱਤੇ ਯੈਲੋ ਪੇਂਟ ਵੱਜਣਾ। ਹੁਣ ਇਹ ਚੀਜ਼ ਕਰਕੇ ਆਪਣਾ ਐਂ ਲਾ ਲਓ ਵੀ 11 ਦਿਨ ਖਰਾਬ ਹੋ ਗਏ। ਕੱਲ੍ਹ ਨੂੰ ਬਾਈ ਬੰਪਰ ਇਹਦਾ ਕੋਸ਼ਿਸ਼ ਹੈ ਵੀ ਬੰਪਰ ਅੱਜ ਮੈਂ ਔਡਰ ਕੀਤੇ ਹੋਏ ਨੇ, ਇੱਕ ਫੋਰਡ ਦਾ ਬੰਪਰ, ਇੱਕ ਜਿਹੜਾ ਗੁਲਾਬਾਈ ਵਾਲਾ ਹੈਗਾ ਉਹ ਤਾਂ ਉਦੋਂ ਨਾ ਹੀ ਖੜਾ ਰਗੜ ਗਿਆ ਮੇਰੇ ਪਿੱਛੇ ਖੜਾ ਹੈਗਾ, ਅਤੇ ਇਹਦੇ ਉੱਤੇ ਵੀ ਹਲੇ ਯਾਰ ਜੇ ਹੁਣ ਬੇਸ ਹੀ ਖਰਾਬ ਹੋ ਗਿਆ ਨਾ ਤਾਂ ਸਾਰਾ ਪੇਂਟ ਟਿਕਣਾ ਨਹੀਂ ਹੈਗਾ। ਅਤੇ ਬਾਕੀ ਬਾਈ ਇੱਕ ਯਾਰ ਜਿਹੜਾ ਆਪਣਾ ਉਹਦੇ ਵਾਲਾ ਰਿਮੋਟ ਸਟਾਰਟ ਫੋਰਡ ਹੈਗਾ ਉਹਦੀ ਜਿਹੜੇ ਟਾਈਮ ਤੁਸੀਂ ਵੀਡੀਓ ਦੇਖ ਰਹੇ ਹੋਗੇ ਨਾ ਉਹਦੀ ਮੈਂ ਸੋਚ ਰਿਹਾ ਵੀ ਉਹ ਕਰਾ ਦਈਏ ਕੋਡਿੰਗ, ਆ ਜਿਹੜੀ ਆਪਾਂ ਸਰੈਮਿਕ ਕੋਡਿੰਗ ਨਹੀਂ ਕਰਦੇ ਹੈਗੇ ਰਬਿੰਗ ਕਰਕੇ, ਵੀ ਇੱਕ ਟਰੈਕਟਰ ਦੀ ਕਰਾ ਕੇ ਦੇਖੀ ਯਾਰ ਕੀ ਫਰਕ ਪੈਂਦਾ, ਵੀ ਆਪਾਂ ਪੇਂਟ ਕੁਆਲਿਟੀ ਤਾਂ ਆਪਣੇ ਪੂਰਾ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਨਾ, ਵੀ ਜਿਹੜੀ ਉਹ ਸਰੈਮਿਕ ਕੋਡਿੰਗ ਹੁੰਦੀ ਹੈਗੀ ਟਰੈਕਟਰਾਂ ਦੇ ਗੱਡੀਆਂ ਦੇ ਹੁੰਦੀ ਹੈ ਜ਼ਿਆਦਾਤਰ ਸਰੈਮਿਕ ਕੋਡਿੰਗ ਹੈ ਨਾ, ਡਿਟੇਲਿੰਗ ਕਹਿੰਦੇ ਆਪਾਂ, ਅਤੇ ਉਹ ਡਿਟੇਲਿੰਗ ਆਪਾਂ ਟਰੈਕਟਰ ਦੀ ਕਰਾ ਕੇ ਦੇਖ ਰਹੇ ਹਾਂ, ਅਤੇ ਜਿਸ ਟਾਈਮ ਤੁਸੀਂ ਵੀਡੀਓ ਦੇਖ ਰਹੇ ਹੋ ਉਸ ਟਾਈਮ ਆਪਣੇ ਕੋਲ ਭਰਾ ਪਹੁੰਚਿਆ ਹੋਇਆਗਾ, ਅਤੇ ਜਿਹਦੇ ਤੋਂ ਆਪਾਂ ਡਿਟੇਲਿੰਗ ਕਰਵਾ ਰਹੇ ਹਾਂ ਆਪਣੇ ਟਰੈਕਟਰ ਦੀ, ਅਤੇ ਸ਼ਾਇਦ ਮੈਂ ਜਿੱਦ ਘਰ ਹੋਇਆ ਤਾਂ ਮੈਂ ਉਹਦਾ ਵਲੋਗ ਤੁਹਾਡੇ ਲਈ ਸਾਂਝਾ ਕਰੂੰਗਾ ਤੁਹਾਡੇ ਨਾਲ, ਨਹੀਂ ਫਿਰ ਟਰੈਕਟਰ ਦੀ ਲੁੱਕ ਤੁਸੀਂ ਡਿਟੇਲਿੰਗ ਤੋਂ ਬਾਅਦ ਤੁਹਾਡੇ ਸਾਹਮਣੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੇਖੋਗੇ। ਬਾਈ ਮਨ ਜਾ ਇੰਨਾ ਕੱਕ ਜਾਂਦਾ ਨਾ, ਇੰਨਾ ਕੱਕ ਜਾਂਦਾ ਕਿਉਂਕਿ ਹਾਲਾਤ ਇਹੋ ਜਿਹੇ ਪੈਦਾ ਹੋ ਜਾਂਦੇ ਨੇ, ਕਈ ਵਾਰ ਲੇਬਰ ਕਣੀਓ ਪ੍ਰੋਬਲਮ ਹੋ ਜਾਂਦੀ ਹੈ, ਕਈ ਵਾਰ ਮੌਸਮ ਕਣੀਓ ਪ੍ਰੋਬਲਮ ਹੋ ਜਾਂਦੀ ਹੈ, ਅਤੇ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ, ਅਤੇ ਫਾਹਾ ਵੱਡ ਕੰਮ ਕਰਨ ਨੂੰ ਬਾਈ ਮੈਂ ਸੀਰੀਅਸਲੀ ਦੱਸਾਂ ਮੇਰਾ ਜੀ ਨਹੀਂ ਕਰਦਾ ਹੈਗਾ, ਹੋਣ ਨੂੰ ਸਾਰੇ ਕੰਮ ਹੋ ਜਾਂਦੇ ਨੇ, ਠੰਡ 'ਚ ਵੀ ਸਾਰਾ ਕੁਛ ਹੋ ਸਕਦਾ ਜੇ ਜਗਾੜ ਲਾਈਏ, ਠੀਕ ਹੈ, ਪਰ ਉਹੀ ਕੁਆਲਿਟੀ ਨਾਲ ਕੰਪਰਮਾਈਜ਼ ਕਰਨਾ ਪੈ ਜਾਂਦਾ, ਹੋਰ ਕੀ ਹੈਗਾ, ਠੀਕ ਹੈ, ਕਹਿੰਦੇ ਜਿਹੜੀ ਵਧੀਆ ਚੀਜ਼ ਹੈਗੀ ਉਹਦੇ ਲਈ ਜ਼ਿਆਦਾ ਮਾਰਦੇ ਹਾਂ ਜਦੋਂ ਆਪਾਂ ਉਹਦੇ ਲਈ ਜ਼ਿਆਦਾ ਉਹ ਦੇਖ ਰੇਖ ਰੱਖਣ ਦੀ, ਦੇਸੀ ਚੀਜ਼ ਨੂੰ ਜਿੰਨੀ ਜਲਦੀ ਉਹ ਦੇਸੀ ਚੀਜ਼ ਜਲਦੀ ਖਰਾਬ ਵੀ ਨਹੀਂ ਹੁੰਦੀ, ਦੇਸੀ ਚੀਜ਼ ਤੁਸੀਂ ਸਮਝੋ ਮੈਂ ਕੀ ਕਹਿ ਰਿਹਾ ਹੈਗਾ ਵੀ ਜਗਾੜ ਲੱਗ ਜਾਂਦਾ ਹੈਗਾ ਛੇਤੀ ਤੋਂ ਛੇਤੀ ਹੈ ਨਾ, ਪਰ ਮੈਂ ਕਰਨਾ ਨਹੀਂ ਚਾਹੁੰਦਾ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ, ਅਤੇ ਇਸ ਕਰਕੇ ਕਦੇ ਕਦੇ ਮੇਰਾ ਬਾਈ ਮੈਂ ਵੀ ਅੱਕ ਜਾਂਦਾ, ਮੇਰਾ ਮਨ ਕਰਦਾ ਛੱਡ ਯਾਰ ਕਾਹਦੇ ਵਾਸਤੇ ਖਪੀ ਜਾਂਦਾ ਹੈਗਾ, ਠੀਕ ਹੈ, ਅਤੇ ਕਦੇ ਕਦੇ ਬਾਈ ਮਨ ਜਿਹਾ ਬਹੁਤ ਬਹੁਤ ਹੋ ਜਾਂਦਾ ਹੈਗਾ। ਅਤੇ ਬਾਕੀ ਬਾਈ ਹਰੇਕ ਨੂੰ ਕਾਹਲੀ ਹੁੰਦੀ ਹੈਗੀ ਟਰੈਕਟਰ ਦੀ ਵੀ ਆਪਣੇ ਦੀ ਵੀ ਜਲਦੀ ਤੋਂ ਜਲਦੀ ਉਹਨਾਂ ਟਰੈਕਟਰ ਮਿਲ ਜੇ, ਪਰ ਯਾਰ ਜਿਹੜਾ ਟਾਈਮ ਲੱਗਦਾ ਨਾ ਜਦੋਂ ਜਿੰਨੀ ਜ਼ਿਆਦਾ ਅਸੀਂ ਕਾਹਲੀ ਕਰਨ ਦੀ ਕੋਸ਼ਿਸ਼ ਕਰਦੇ ਨਾ ਉਨੀ ਜ਼ਿਆਦਾ ਗੜਬੜ ਹੁੰਦੀ ਹੈ, ਉਨੀ ਹੀ ਜ਼ਿਆਦਾ ਰੁਕ ਜਾਂਦਾ ਕੰਮ। ਅਤੇ ਹੁਣ ਕੋਸ਼ਿਸ਼ ਹੈ ਵੀ ਪਹਿਲਾਂ ਵਾਲਾ ਜਿਹੜੇ 10-11 ਦਿਨ ਖਰਾਬ ਹੋਏ ਨੇ ਗੇ ਨਵੇਂ ਸਾਲ ਤੋਂ ਲੈ ਕੇ ਹੁਣ ਤੱਕ ਉਹਨੂੰ ਕਵਰ ਕਰ ਲਈਏ, ਅਤੇ ਜਲਦੀ ਤੋਂ ਜਲਦੀ ਇੱਕ ਵੀਕ ਦੇ ਅੰਦਰ ਅੰਦਰ ਤਿੰਨੇ ਟਰੈਕਟਰ ਡਨ ਕਰ ਦਈਏ, ਪੇਂਟ ਹੋ ਜਾਣ ਆਹੀ ਵੀਕ ਦੇ, ਇਹ ਤਾਂ ਪੇਂਟ ਹੋ ਗਿਆ, ਨਾਟ 11 ਤਾਂ ਡਨ ਹੈ ਜਮਾਂ, ਠੀਕ ਹੈ, ਹੁਣ ਮੈਸੀ ਨੂੰ ਫੜਨਾ ਗਿਆ ਇਸੇ ਤਰੀਕੇ ਨਾਲ ਇਸੇ ਸਪੀਡ ਨਾਲ, ਅਤੇ ਸਵਰਾਜ ਨੂੰ ਇਸੇ ਤਰੀਕੇ ਨਾਲ ਇਸੇ ਸਪੀਡ ਨਾਲ ਫੜਨਾ, ਇਹ ਤਿੰਨ ਟਰੈਕਟਰ ਨਿਕਲ ਗਏ ਆਪਣੀ ਟੈਨਸ਼ਨ ਖਤਮ ਹੈਗੀ, ਇਹ ਕਿਉਂਕਿ ਇਹ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਐਂ ਅੜਕਦੇ ਇਹਨੂੰ। ਅਤੇ ਬਾਕੀ ਬਾਈ ਗੁਲਾਬਾਈ ਵਾਲਾ ਵੀ ਜਲਦੀ ਹੋ ਜਾਣਾ, ਫੋਰਡ 'ਤੇ ਤਾਂ ਆਪਾਂ ਨੂੰ ਜ਼ਿਆਦਾ ਟਾਈਮ ਲੱਗਦਾ ਨਹੀਂ, ਤੁਹਾਨੂੰ ਪਤਾ ਹੀ ਹੈ ਫੋਰਡ 'ਤੇ ਹੱਥ ਟਿੱਕ ਗਿਆ, ਫੋਰਡ 'ਤੇ ਨਹੀਂ ਜ਼ਿਆਦਾ ਟਾਈਮ ਲੱਗਦਾ, ਅਤੇ ਦੂਸਰੇ ਟਰੈਕਟਰਾਂ 'ਤੇ ਲੱਗਦਾ ਹੈਗਾ, ਅਤੇ ਉਸ ਕਰਕੇ ਖਪ ਰਹੇ। ਅਤੇ ਬਾਕੀ ਬਾਈ ਗਿਵ ਅਵੇ ਨਾ ਭੁੱਲਿਓ, ਗਿਵ ਅਵੇ ਕਮੈਂਟ ਕਰਨਾ ਸ਼ੁਰੂ ਕਰ ਦਿਉ ਅੱਜ ਤੋਂ ਹੀ, ਕਿ ਕੋਈ ਵੀ ਭਰਾ ਜਿੱਤ ਸਕਦਾ ਹੈਗਾ, ਅਤੇ ਕਿਸੇ ਨੂੰ ਵੀ ਤੁਸੀਂ ਅੱਗੇ ਗਿਫਟ ਕਰ ਦਿਓ, ਇਹ ਸੋਹਣੀ ਚੀਜ਼ ਹੈ ਫੋਨ। ਅਤੇ ਅਗਲਾ ਗਿਵ ਅਵੇ ਆਪਣਾ ਮੇਰੇ ਦੋ ਭਰਾਵਾਂ ਨਾਲ ਗੱਲ ਚੱਲ ਰਹੀ ਹੈਗੀ, ਉਹ ਦੇਖਦੇ ਕੀ ਲੈ ਕੇ ਆਈਏ ਤੁਹਾਡੇ ਲਈ, ਕੈਸ਼ ਇਹ ਤੁਸੀਂ ਦੱਸੋ ਵੀ ਅਗਲੀ ਵਾਰ ਕੈਸ਼ ਦਈਏ ਜਾਂ ਟਰੈਕਟਰਾਂ ਦਾ ਕੋਈ ਵੱਡੀ ਅਸੈਸਰੀ ਦਈਏ, ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਬਾਕੀ ਬਾਈ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ, ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਸਾਰੇ ਰੂਲ ਸਮਝ ਲਿਓ, ਅਤੇ ਵੀਡੀਓ ਦੇ ਉੱਤੇ ਕਮੈਂਟ ਕਰ ਦਿਓ, ਅਤੇ ਜਿੰਨੀਆਂ 7 ਵੀਡੀਓ ਆਉਣਗੀਆਂ 7 ਦੇ ਉੱਤੇ ਕਮੈਂਟ ਕਰ ਦਿਓ, ਲਾਈਕ ਕਰ ਦਿਓ, ਵੀਡੀਓ ਲਾਈਕ ਕਰਨਾ ਨਾ ਭੁੱਲਿਓ, ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ ਬਾਈ, ਮਿਲਦੇ ਅਗਲੀ ਵੀਡੀਓ ਦੇ ਵਿੱਚ, ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ।